आ के जनाब जी स्कूटर दा चैन ले गया अगला शानी आज तेरे स्कूटर जा छटे हैं सुबह 7000 लेना है जनाब जी दो बंदे आन पिंडो बड़ी मेहरबानी थोड़ी कड़े बड़े औखे आए इस वे हाल चाल तो यहां वेंदे बकाला चलियां या ने जनाब जी प्लेटर दा ऑर्डर दे दिता के स्कूटर जनाब साडा पहली पोल ते खराब होंदा रे सिस्टम लगे जनाब जी प्लेटर आ गया ना कहना ध्यान नाल असि और कोई भी नहीं राती बड़े तंग होके आए इस पिंडी ता कौन रेड के ले गया जंदा पिया बाहर हुन दर दर माजिया बोरियां कमाल दिया ने बड़े चासे अस्सलाम वालेकुम की हाल तुसने पे YouTube चैनल चैनी व्लॉग ते दा व्लॉग कर दे शुरू आज दा व्लॉग कीता है राती शुरू ते जनाब किधे जा रहे हैं थी सिनेमा पर ਤੁਸੀਂ ਨਮਾਜ਼ ਪੜ੍ਹ ਮੈਂ ਕਿਤੇ ਜਾਂਦਾ ਪਿਆ ਬਾਹਰੋਂ ਆਉਣ ਦਰ ਦਰ ਬਾਹਰੋਂ ਆਉਣ ਤੇ ਜਨਾਬ ਜੀ ਮੈਂ ਜਾ ਰਿਹਾ ਇਸੂ ਇੱਕ ਮਿੰਟ ਮੈਂ ਫਲੈਸ਼ ਬਾਲ ਲਵਾਂ ਫਲੈਸ਼ ਬਾਲ ਲਵਾਂ ਤਸਵੀਰ ਕਲੀਅਰ ਨਹੀਂ ਆ ਰਹੀ ਮੇਰੇ ਖਿਆਲ ਨਾਲ ਤੇ ਜਨਾਬ ਜੀ ਮੈਂ ਜਾ ਰਿਹਾ ਇਸੂ ਪਿੰਡੀ ਭੱਟੀਆਂ ਸਾਡਾ ਸੋਹਣਾ ਸ਼ਹਿਰ ਪਿੰਡੀ ਭੱਟੀਆਂ ਦਿਵਾਜ਼ਾਨ ਵੀ ਸ਼ੁਰੂ ਹੋਏ ਤੇ ਅੱਜ ਜਾ ਰਿਹਾ ਪਿੰਡੀ ਕੋਈ ਖਾਵਣ ਪੀਵਣ ਤੇ ਉਹ ਅਲੀ ਆਇਆ ਆ ਤੇ ਪਲੈਨਿੰਗ ਕੀਤੀ ਹੈ ਬਾਈ ਅੱਜ ਕੋਈ ਖਾਇਆ ਵੀ ਇਹ ਸ਼ਾਇ ਬੜੇ ਦਿਨ ਹੋ ਗਏ ਨੋ ਅੱਗੇ ਪਲੇਟਰ ਖਾਦਾ ਟਿੱਬੇ ਤੂੰ ਕੱਲ ਪਲੈਨ ਬਣਿਆ ਟਿੱਬੇ ਤੇ ਜਾਂਦੇ ਇਸ ਤੋਂ ਰਾਤੀ ਪਰ ਟਿੱਬੇ ਤੇ ਉਹਦਾ ਸਵਾਦ ਨਾ ਆਇਆ ਪਲੇਟਰ ਦਾ ਉਹਦੇ 90 ਆ ਗੋਸ਼ਤ ਕਿਹੜਾ ਉਸਨ ਦਿੱਤਾ ਤੇ ਅੱਜ ਪਿੰਡੀ ਜਾ ਰਹੇ ਉੱਥੇ ਫਰੈਸ਼ ਆਪ ਬਣਾਉਣਾ ਤੇ ਖਾਣਾ ਸਹੀ ਹੈ ਬਾਈ ਜਾਨ ਨਮਾਜ਼ ਨਹੀਂ ਜਾਣਾ ਨਮਾਜ਼ ਅੱਜ ਕਦਾ ਹੋ ਗਈ ਅੱਜ ਕਦਾ ਨਹੀਂ ਯਾਰ ਤੁਸੀਂ ਜਾਓ ਨਮਾਜ਼ ਨਹੀਂ ਜਾਣੇ ਕੋਈ ਡਰ ਨਹੀਂ ਵਗ ਜਾਣੇ ਆ ਜਾ ਤੇ ਨਮਾਜ਼ ਲੈ ਹੁਣ ਮੈਨੇ ਦੇਖ ਕੇ ਲੈ ਜਾਣਾ ਜਾ ਵਗਾ ਤੋਰ ਨਾ ਪਲੈ ਨਾ ਇਹਨਾਂ ਨੂੰ ਨਾ ਜਾਣ ਦੇ ਹੁਣ ਆ ਤੁਰ ਹੁਣ ਤੁਰ ਤੁਸੀਂ ਕਿਦਰਾ ਮੱਚੀ ਮੋਇਆ ਖੈਰ ਕੋਈ ਨਹੀਂ ਆਪਣਾ ਬੰਦਾ ਖੈਰੀ ਮੇਰੀ ਰੋਟੀ ਛੋਟੀ ਖਾਂਦਾ ਤੇ ਉਹਦੀ ਅਜ਼ਾਨ ਸ਼ੁਰੂ ਹੋ ਗਿਆ ਅਜ਼ਾਨ ਸੁਣ ਲਵੀ ਤੇ ਮੋੜ ਜਨਾਬ ਜੋ ਤੂੰ ਪਿੰਡ ਜੋ ਨਿਕਲ ਆਇਆ ਹੈ ਤੇ ਹਨੇਰਾ ਹੋ ਗਿਆ ਤੇ ਰੋਡ ਦੇ ਉੱਤੇ ਆ ਚਨਿਓੜ ਰੋਡ ਦੇ ਉੱਤੇ ਹੀ ਇੱਥੇ ਆ ਕੇ ਜਨਾਬ ਜੀ ਸਕੂਟਰ ਦਾ ਚੈਨ ਲੈ ਗਿਆ ਅਗਲਾ ਉਹ ਵੀ ਤੇ ਅਗਲਾ ਤੁਹਾਨੂੰ ਪਤਾ ਬੜਾ ਔਖਾ ਹੁੰਦਾ ਹੁੰਦਾ ਟਾਪਾ ਕਿਹੜਾ ਇੰਜਣ ਵਾਲਾ ਹੁੰਦਾ ਹੁੰਦੀ ਚਾਬੀ ਵੀ ਕੋਈ ਨਹੀਂ ਹੁੰਦੀ ਕੋਲ ਤੇ ਉਂਗਲੀ ਵੀ ਨਹੀਂ ਪਾਉਂਦੀ ਨਾ ਛੱਡਦਾ ਤੇ ਹੁਣ ਕੋਸ਼ਿਸ਼ ਕਰਦੇ ਪਿਆ ਚੜ ਜਾਵੇ ਤੇ ਉਹੀ ਤਾਂ ਮੈਂ ਕਿਹਾ ਕਿ ਆ ਪੈਟਰੋਲ ਪੰਪ ਇੱਥੇ ਨੇੜੇ ਹੀ ਹੈ ਇੱਥੇ ਦੁਕਾਨ ਹੋ ਤੇ ਉੱਥੇ ਜਾਣੇ ਆਵੇਂ ਹੱਥ ਤੇ ਗੰਦੇ ਨਾ ਕਰੀਏ ਪਰ ਉਹਨਾਂ ਕਹੇ ਸੀ ਚੜ ਨਹੀਂ ਜਾਣਾ ਹੁਣ ਵੇਨਾ ਛੱਡਦਾ ਕਿ ਨਹੀਂ ਛੱਡਦਾ ਜਨਾਬ ਜੀ ਆਏ ਪੈਟਰੋਲ ਪੰਪ ਤੇ ਤੇ ਇੱਥੋਂ ਪਵਾਉਂਦਾ ਪਿਆ ਹੁਣ ਤੇਲ ਤੇ ਆ ਹੱਥ ਮੂੰਹ ਧੋਤਾ ਸਾਰਿਆਂ ਤੇ ਗੱਟਾ ਕਿਹੜਾ ਹੈ ਨਾ ਤੁਹਾਨੂੰ ਪਤਾ ਹੈ ਕਿ ਬੜਾ ਤੇ ਕੋਈ ਸਕੂਟਰ ਦੀ ਬ੍ਰੇਕ ਕੋਈ ਨਾ ਪੈਰਾਂ ਨਾਲ ਬ੍ਰੇਕ ਨਹੀਂ ਵਾਕਈ ਮੇਰਾ ਮੂੰਹ ਤੇ ਗੱਟਾ ਹੋ ਗਿਆ ਗਰੀਮ ਦੀ ਲੋੜ ਹੀ ਕੋਈ ਗੱਟਾ ਹੈ ਹੈ ਗੱਟਾ ਗੱਟਾ ਪਤਾ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਜਿਵੇਂ ਕਰੀਮ ਲੱਗੀ ਹੈ ਹਾਂ ਤੇਲ ਉੱਤੇ ਪਵਾਇਆ ਇੱਥੇ ਮੈਂ ਕਿ ਪਵਾ ਲਵੀ ਹੁਣ ਮੈਂ ਚਾਹਣੀ ਹੈ ਵੀਡੀਓ ਤੇ ਵੀਡੀਓ ਚਾਹ ਲਵੀ ਨਾਲ ਨਾਲ ਉਹ ਤੁਹਾਨੂੰ ਪਿੰਡੇ ਵੀ ਅੱਪੜ ਜਸਾਂ ਜਨਾਬ ਜੀ ਆ ਗਏ ਇਸ ਵੇ ਇੱਥੇ ਪਿੰਡੀ ਦੇ ਵਿੱਚ ਤੇ ਬੜੇ ਔਖੇ ਆ ਇਸ ਵੇ ਹਾਲ ਚਾਲ ਤੁਹਾਨੂੰ ਮੁਰ ਦੱਸਦੇ ਆ ਤੇ ਹੁਣ ਖਲੋਤੇ ਆ ਕੈਪਟਨ ਫੂਡ ਆਵਾਜ਼ ਸੁਭਰ ਆ ਸੁਭਰ ਇਹਨੂੰ ਆ ਸੁਭਰ ਗਰਾਂ ਤੋਂ ਬੈਠਾ ਆ ਤੋ ਖਾਂਦੇ ਪਿੰਦੇ ਸੋ ਖਾਣਾ ਤੇ ਪਲੇਟਰ ਹੀ ਹੈ ਯਾਰ ਉਹਦੀ ਜਾਸ ਲੈਣੀ ਆ ਤੇ ਬੜੇ ਜ਼ਲੀਲ ਹੋ ਕੇ ਆਪਣੀਆਂ ਉਹ ਤਾਂ ਬਾਅਦ ਜਦ ਤੱਕ ਮੈਂ ਜ਼ਲੀਲ ਹੋਇਆ ਆ ਵੇਂਦੇ ਬਕਾਲਾਂ ਚਲੀਆਂ ਜਾਂ ਨੇ ਇਸ ਤੋਂ ਬੜੇ ਜ਼ਲੀਲ ਹੋਇਆ ਜਨਾਬ ਜੀ ਪਲੇਟਰ ਦਾ ਆਰਡਰ ਦੇ ਦਿੱਤਾ ਤੇ ਆਰਡਰ ਹੁਣ ਹੁੰਦਾ ਤੇ ਕਰੀ ਬੜੇ ਥੱਕੇ ਤੇ ਮਸਲਾ ਬਣਿਆ ਏ ਕਿ ਸਕੂਟਰ ਜਨਾਬ ਸਾਡਾ ਪਹਿਲੀ ਪੋਲ ਤੇ ਖਰਾਬ ਹੁੰਦਾ ਰਹਿ ਸਿਸਟਮ ਲੱਗੇ ਗਿਆ ਉਹ ਜਨਾਬ ਜੀ ਰੇੜ ਰੇੜ ਕੇ ਪਿੰਡੀ ਜਾਂਦਾ ਹੁਣ 9 ਵਜੇ ਪਿੰਡੀ ਆਪਣੇ ਇਸੂ ਤੇ ਹੁਣ ਮਗਰ ਪੈਸਾ ਪਿੰਡ ਫੋਨ ਕੀਤਾ ਕਿ ਸਕੂਟਰ ਹੋਣ ਲੱਗਾ ਹੁੰਦੇ ਦੋਏ ਬੰਦੇ ਸੂ ਪੰਜ ਤਰਾਇਆ ਤੇ ਦੋਇਆ ਸੀ ਪੰਜ ਬੰਦੇ ਸੂ ਤਾਂ ਮਸਲਾ ਬਣਿਆ ਤੇ ਬੜਾ ਵੱਡਾ ਮਤਲਬ ਦਿਨ ਹੁੰਦਾ ਤੇ ਖੈਰ ਆਈ ਪਰ ਰਾਤ ਦਾ ਸਮਰਾ ਹੈ ਇਸ ਤੂੰ ਕੜਾਣਾ ਕੋਈ ਮਸਲਾ ਬਣ ਜਾ ਮੇਰੀ ਟੈਨਸ਼ਨ ਸਕੂਟਰ ਬੰਦੇ ਵੀ ਮੋੜ ਵਿੱਚ ਕੋਈ ਮੁਖਲਸ ਹੁੰਦੇ ਨਾ ਕੋਈ ਬੰਦੇ ਚੰਗੇ ਵੀ ਹੁੰਦੇ ਜਿਹੜੇ ਆ ਜਾਂਦੇ ਨੇ ਕਾਲ ਕਰਦੇ ਤੇ ਕੁਝ ਨਹੀਂ ਹੁੰਦੇ ਤੇ ਬਸ ਸਾਡੇ ਨਾਲ ਪਹਿਲੀ ਵਾਰ ਇਹਦੀ ਵਾਰਦਾਤ ਹੋਈ ਹੈ ਠੀਕ ਹੈ ਅੱਜ ਤੱਕ ਇਹ ਨਮਸਕਾਰ ਬਾਹਰ ਵਾਰਦਾਤ ਹੋਰ ਨਾ ਓਏ ਵਾਰਦਾਤ ਤਾਂ ਹੋਰ ਨਾ ਕੋਕ ਇਹ ਵਾਰਦਾਤ ਪਹਿਲੀ ਹੈ ਚਲੋ ਹੁਣ ਪਲੇਟਰ ਹੁੰਦਾ ਹੈ ਤੇ ਖਾਂਦੇ ਆ ਤੂੰ ਫੋਨ ਕਰ ਸ਼ਾਨੀ ਅੱਜ ਤੇਰੇ ਸਕੂਟਰ ਜਾ ਛਟਿਆ ਓਏ ਕੋ ਸਕੂਟਰ ਤੇ ਪੈਸਾ ਲਾਈ ਵੀ ਦਾ ਵੀਏ ਯਾਰ ਸੁਬਾ 7000 ਲੈਣਾ
सुबह तक काम करी आज जी फसे थे आज ही तू लाए कोई नहीं हां मेरी गल सुन फसे से आज जा यार मैं घर नहीं तो आंदा बंदे कोई ना मोड़ कौन है गल तेरी घर ही नहीं मनिंदी कौन है गल आए बड़ा कसम जलील होए ओ कि तू टूरे आ तो पिंडी आग लत शुक्र है जब बंदा जोन सन है धक्का जाने के पैर ला के सन पिंडी पढ़ाया सन उस पंजा नू केड़ा दो त्रै अपने स्कूटर ते दो असी हुंदे मगर बैठे सन उस पिंडी पढ़ाया ते हुंदी बड़ी नेकी जोन सन इना पढ़ाया है बड़ी बड़ी मेहरबानी पिछे दो लगे हुंदे पिंड वाले उन्हां दी बड़ी मेहरबानी दिल नाल शुक्रिया उन्हां दा बस असी आज जी सुपर बस जनाब जी प्लेटर आ गया स्वाद दे स्वाद दे पहला ग्रां लिया असि ग्रां दिने चेक कर दे टिब्बे आले दे खादे चेक कर अच्छा कौन पता लगना मैं सारे खा लव मुड़ पता लगना जायका की बोल कहना ध्यान ना लो असी और कोई भी नहीं असी इस और उत्तु बंदा कोई नहीं सारे नहीं खाने अच्छे नहीं पीना हाँ माँ जी हाँ बोरियां कमाल दिया चास से उत्तु उत्तु बोलता पा बिच्चू बोल मजे ही मजे आया ना मच्छम भी आ गया ना वे तू छापा पाया जावे जेड़े फिंगर लगे होंगे हां हम रहा ओ यार आप मच्छम तन्नू जल्दी जल्दी मुका के समान ले ना जनाब जी ते खा लिया ते एक बंदा कैमरे दा रिजल्ट कोई नहीं आंदा पिया नेरा है ना हला केड़े ए जनाब जी दो बंदे आन पिंडो बड़ी मेहरबानी थाडी केड़ा सन लैन आयो और कोई ना त्यार एक को और जांदे सुगार मैं ना अंदर रहया तू बाहर ही चलिए ना कने सी रात ही चास लेनी राती जनाब स्कूटर खराब हो गया ते पहली मार चढ़ी है ओतू खराब हो पिंडी तक रेड के लै गया रिंग पिस्टम सड़ गया रिंग पिस्टम खराब हो गया काम वो परोल पवाया उतु जना वैगन ठोरिया तो उत्थ जाके बंद हो गया सन लगा मोबलैल मुक जाता थलवा तेल वो थलवा तेल जनाब जी पाते रहे थलवा तेल पवाया कोई नहीं चलिया पिंडी जा उत मकैनिक मखाया उन्हें आखिर रिंग पिस्टम केड़ा ना वो खराब होने वाले ना ये बड़ा टाइम लगना असा खा ला इन्हें रख दिया पिंडी पिंडी उत्त खिला रहा है मोड़े तो पिछा फोन किया ते ओ मर दो छोर गए ते आई इसू ठीक है दो छोरों का शुक्र जड़े आ गए कि राती कोई बंदा जाता नहीं किसी का काम नहीं जाता राह भी अभी मुड़ खराब है उन्होंने बड़ी मेहरबानी जड़े आ गए ना ते आज तू बाद जे खान गए कुछ अद्धी ने खानी मैं उन्होंने आंदा रहा दिन चली पर आंदा नहीं राती जाना आज तू बाद मेरी तो बन जे गए भी तो दिन ही जाना ते आज बलोद इतने एंड कर दें अगर साढ़े बलोग अच्छा लगे ते लाइक सब्सक्राइब जरूर करा ते दोस्त अल्ले शेयर करा जी अल्लाह हाफिज़ मिलते हैं अगले ब्लॉग तब के लिए अल्लाह हाफिज़।